सतगुरु माता सुदीक्षा जी महाराज जी के पावन आशीर्वाद और आदेश से स्थानीय नवनिर्मित संत निरंकारी सत्संग भवन पर संत निरंकारी चैरिटेबल फाउंडेशन के तत्वाधान में 13वां रक्तदान शिविर लगाया गया, जिसमें 435 श्रद्धालुओं ने रक्तदान किया, जिसमें 40 महिलाएं भी शामिल थी। इस रक्तदान शिविर का उद्घाटन संत निरंकारी मिशन के विद्वान प्रचार श्री निरंजन सिंह रिटायर्ड IAS ने अपने कर कमलों द्वारा किया। मौजूद साथ संगत को संबोधित करते हुए उन्होंने कहा कि संत निरंकारी मिशन 1986 से लगातार भारत तथा विदेशों में रक्तदान शिविर का आयोजन करके मानवता की भलाई के लिए अपना योगदान दे रहा है और इससे इंसान का इंसान से प्रेम का रिश्ता कायम होता है। इस अवसर पर चंडीगढ़ जोन के जोनल इंचार्ज पूज्य KK कश्यप जी ने बताया कि 13 मई को पूरे भारतवर्ष में संत निरंकारी मिशन द्वारा निरंकारी बाबा हरदेव सिंह जी महाराज के मानवता को दिए अमूल्य योगदान को समर्पण दिवस के रूप में मनाया जा रहा है। आज का यह रक्तदान शिविर भी समर्पण दिवस को समर्पित है। ਅੱਜ ਤੋਂ ਨਿਰੰਕਾਰੀ ਮਿਸ਼ਨ ਵਾਲੇ ਬਲੱਡ ਡੋਨੇਟ ਕਰਿਆ ਕਰਨਗੇ, ਕਿਉਂਕਿ ਜਿਸ ਤਰ੍ਹਾਂ ਜਾਣਦੇ ਹੀ ਉਹ ਬਾਬਾ ਜੀ ਕਿਹਾ ਸੀ ਕਿ ਜੋ ਖੂਨ ਹੈ ਉਹ ਨਾਲੀਆਂ ਵਿੱਚ ਨਹੀਂ ਜਾਣਾ ਚਾਹੀਦਾ, ਨਾਲੀਆਂ 'ਚ ਜਾਣਾ ਚਾਹੀਦਾ। ਔਰ ਇਹ ਜ਼ਿੰਦਗੀ ਬਚਾਉਣ ਦਾ, ਸੇਵ ਕਰਨ ਦਾ ਇੱਕ ਬਹੁਤ ਵੱਡਾ ਤਰੀਕਾ ਹੈ, ਕਿਉਂਕਿ ਬਲੱਡ ਤੋਂ ਉੱਪਰ ਕੀਮਤੀ ਕੋਈ ਚੀਜ਼ ਨਹੀਂ ਹੁੰਦੀ। ਨਿਰੰਕਾਰੀ ਮਿਸ਼ਨ ਨੇ 1986 ਤੋਂ ਲੈ ਕੇ ਹੁਣ ਤੱਕ 10 ਲੱਖ ਯੂਨਿਟਸ ਡੋਨੇਟ ਕੀਤੀਆਂ ਨੇ। ਡਾਕਟਰ ਜੀ ਨੂੰ ਪਤਾ, ਸਾਡੇ ਡਾਕਟਰ ਸਾਹਿਬਾਨ ਨੂੰ ਪਤਾ ਕਿ ਕਿੰਨੀ ਵੱਡੀ ਗੱਲ ਹੈ। ਸਾਰੇ ਹਿੰਦੁਸਤਾਨ ਦੇ ਵਿੱਚ ਬਲੱਡ ਡੋਨੇਸ਼ਨ ਨੂੰ ਜੋ NGO ਕਰ ਰਹੀਆਂ ਨੇ ਉਹਨਾਂ ਸਾਰਿਆਂ ਤੋਂ ਅੱਜ ਮਿਸ਼ਨ ਅੱਗੇ ਹੈ। ਔਰ ਐਸਾ ਸਮਾਂ ਆ ਰਿਹਾ ਹੈ ਬੜੀ ਛੇਤੀ ਕਿ ਸਾਰੇ ਵਿਸ਼ਵ ਦੇ ਵਿੱਚ ਨਿਰੰਕਾਰੀ ਮਿਸ਼ਨ ਸਭ ਤੋਂ ਅੱਗੇ ਹੋ। ਇਹ ਬਲੱਡ ਡੋਨੇਸ਼ਨ ਦੀ ਬਲੱਡ ਦੀ ਜਿਹੜਾ ਜਾਂਦਾ ਹੈ ਇਹਦੀ ਖਾਸੀਅਤ ਹੈ। ਕਈ ਤਾਂ ਤੁਹਾਨੂੰ ਪਤਾ ਹੈ ਕਿ ਆਪਣੀ ਕੋਈ ਜ਼ਰੂਰਤ ਲਈ ਦਿੰਦਾ, ਕੋਈ ਪੈਸਿਆਂ ਲਈ ਦਿੰਦਾ, ਕੋਈ ਹੋਰ ਸਹੂਲਤ ਲਈ ਦਿੰਦਾ, ਲੇਕਿਨ ਨਿਰੰਕਾਰੀ ਮਿਸ਼ਨ ਵਾਲੇ ਜਿਹੜੇ ਮੇਰੇ ਜਾਂ ਬੱਚੇ ਨੇ ਸਾਰੇ ਪੁੱਛ ਲਓ, ਇਹ ਸਿਰਫ ਸਤਿਗੁਰੂ ਦਾ ਹੁਕਮ ਮੰਨ ਕੇ ਇੱਕ ਭਗਤੀ ਦਾ ਹਿੱਸਾ ਜਿਹੜੇ ਇਹ ਭਗਤੀ ਹੈ, ਬੜੀ ਵੱਡੀ ਗੱਲ ਹੈ। ਇਸ ਕਰਕੇ ਇਸ ਬ੍ਰਾਂਡ ਨੂੰ ਤੁਸੀਂ ਆਮ ਬ੍ਰਾਂਡ ਨਹੀਂ ਸਮਝ ਸਕਦੇ, ਅਤੇ ਜਿੱਥੇ ਵੀ ਜਾਏਗਾ ਇਹਦੀਆਂ ਰਗਾਂ ਵਿੱਚ ਜਾਏਗਾ ਉਸੇ ਉਹਦੇ ਅੰਦਰ ਭਗਤੀ ਲਈ, ਡਿਵੋਸ਼ਨ ਲਈ, ਇਸ ਗੁਰੂ ਨੂੰ ਕਾਰ ਲਈ ਸ਼ਰਧਾ ਪੈਦਾ, ਨਾਲ ਹੀ ਇਨਸਾਨੀਅਤ ਲਈ ਸ਼ਰਧਾ ਪੈਦਾ ਕਿ ਐਸਾ ਬਲੱਡ ਹੈ, ਐਸਾ ਬਾਬਾ ਜੀ ਦਾ ਧਿਆਨ ਸੀ। ਔਰ ਇਸ ਕਰਕੇ ਦੇਖੋ ਕਿੰਨੇ ਸਾਡੇ ਨਿਰੰਕਾਰੀ ਮਿਸ਼ਨ ਦੇ ਜੋ ਦੇ ਰਹੇ ਹਨ। ਔਰ ਕਈ ਲੋਕਾਂ ਦਾ ਇਸ ਤਰ੍ਹਾਂ ਹੁੰਦਾ ਹੈ ਕਿ ਜਗ੍ਹਾ ਜਗ੍ਹਾ ਜਾਣ ਦਾ ਮੌਕਾ ਮਿਲਦਾ ਹੈ। ਮੈਂ ਪਿੱਛੇ ਪਟਿਆਲੇ ਗਿਆ, ਉੱਥੇ ਕੈਂਪ ਲੱਗਿਆ ਸੀ, ਤਾਂ ਉੱਥੇ ਸਾਡੇ ਡੋਨੇਟ ਕਰਨ ਵਾਲੇ ਬੰਦੇ ਵੱਧ ਗਏ। ਡਾਕਟਰ ਕਹਿੰਦੇ ਵੀ ਸਾਡੇ ਕੋਲ ਇੰਨਾ ਇਨਫਰਾਸਟ੍ਰਕਚਰ ਹੈ, ਇੱਥੇ ਵੀ ਹਿਸਾਬ ਹੋ ਸਕਦਾ, ਹਰ ਜਗ੍ਹਾ ਹੁੰਦਾ ਬਹੁਤ ਆਪਾਂ
ਰੰਗ ਦੇਣ ਵਾਲੇ ਬਣ ਜਾਂਦੇ ਨੇ, ਲੈਣ ਵਾਲੇ ਕਹਿੰਦੇ ਵੀ ਕਿਰਪਾ ਕਰੋ ਬਾਬਾ ਅੱਗੇ ਫਿਰ ਨੈਕਸਟ ਟਾਈਮ ਤੁਹਾਡਾ ਬਲੱਡ ਲਵਾਂ। ਸੋ ਮੈਂ ਇਸ ਕਾਲਜ ਲਈ ਇੱਥੇ ਕੈਸ਼ਰ ਸਾਹਿਬ ਨੂੰ ਸਵਾਲ ਜੀ ਨੂੰ ਅਤੇ ਮੈਡਮ ਕੈਸ਼ਰ ਬੱਟੇ ਨੇ ਬਹੁਤ ਹਿੱਸਾ ਲੈਂਦੇ ਨੇ, ਬਾਕੀ ਜਿਹੜੇ ਡਾਕਟਰ ਸਾਹਿਬਾਨ ਨੇ ਸਾਰਿਆਂ ਡਾਕਟਰ ਸਾਹਿਬਾਨ ਨੂੰ ਮੈਂ ਵੈਲਕਮ ਕਰਦਾ, ਉਹਨਾਂ ਦਾ ਸ਼ੁਕਰੀਆ ਅਦਾ ਕਰਦਾ ਕਿ ਉਹਨਾਂ ਨੇ ਇੰਨੀ ਗਰਮੀ ਦੇ ਵਿੱਚ ਆ ਕੇ ਇਹ ਮਿਸ਼ਨ ਦਾ ਫਿਰ ਮੁੜ ਕੇ ਮੈਂ ਸਾਰਿਆਂ ਲਈ ਬਹੁਤ ਬਹੁਤ ਵਧਾਈ ਦਿੰਦਾ ਇਸਦੇ ਪ੍ਰੋਗਰਾਮ ਨੂੰ ਸੱਚਾ ਪਾਤਸ਼ਾਹ ਨੂੰ ਕਿਰਪਾ ਬਖਸ਼ ਕਰਕੇ ਔਰ ਇਸੇ ਤਰ੍ਹਾਂ ਹਰ ਸਾਰਿਆਂ ਦੇ ਟਾਈਮ ਕਰਦੇ ਹਨ। ਇਹਨਾਂ ਹੀ ਸ਼ਬਦਾਂ ਨਾਲ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ, ਬਹੁਤ ਹੀ ਕਿਰਪਾ ਬਖਸ਼ਿਸ਼।